सत श्री अकाल जी, मैं इम्तियाज बराड़ ते तुसी वेख रहे हो चढ़दी कला टाइम टीवी। केंद्र सरकार दे वल्लों गरीब कल्याण योजना दे तहत लोकां नूं दित्ती जाण वाली कणक दे विच 12% दी कटौती कीते जाण तों बाद मोगा दे पिंड महेसरी दे विच आटा दाल स्कीम दे लाभपात्रियां दे विच कणक ना मिलण दे कारण डिपू होल्डरां अते केंद्र सरकार दे खिलाफ लोकां दा गुस्सा फुटदा होया नज़र आया। जिथे कि पत्रकारां दे नाल गलबात करदिआं पंचायत मैंबर बूटा सिंह ने कहा है कि आटा दाल स्कीम दे लाभपात्रियां नूं मिलण वाली फ्री 2 रुपए किलो मिलण वाली यह कणक दे विच कटौती करन दे कारण कई परिवारां नूं कणक ही नहीं मिल रही है, जिन्हां विच काफ़ी ज़्यादा निराशा पाई जा रही है। बूटा सिंह ने कहा है कि गरीब लोग जो कणक लैण दे हकदार हुंदे ने कणक लैण तों वांझे रहिंदे ने पर सरमाएदार कणक लै जांदे ने। उन्हां कहा है कि डिपू होल्डरां तों कणक कट्टे जा ਦੇ ਬਾਰੇ ਪੁੱਛਦੇ ਆ ਤਾਂ ਉਹ ਇਹ ਕਹਿ ਦਿੰਦੇ ਨੇ ਕਿ ਸੈਂਟਰ ਸਰਕਾਰ ਦੇ ਵੱਲੋਂ ਕਣਕ ਦੀ ਕਟੌਤੀ ਕੀਤੀ ਗਈ ਹੈ ਜਿਸ ਕਾਰਨ ਇਹ ਕਣਕ ਕੱਟੀ ਜਾ ਚੁੱਕੀ ਹੈ। ਉਹਨਾਂ ਕਿਹਾ ਹੈ ਕਿ ਕੇਂਦਰ ਸਰਕਾਰ ਦੇ ਮਾੜੇ ਰਵੱਈਏ ਦੇ ਕਾਰਨ ਅੱਜ ਵੀ ਕਈ ਮਜ਼ਦੂਰ ਇਸ ਕਣਕ ਲੈਣ ਤੋਂ ਅਸਮਰਥ ਹੋ ਚੁੱਕੇ ਨੇ। ਉਹਨਾਂ ਨੇ ਕਿਹਾ ਹੈ ਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਮਜ਼ਦੂਰਾਂ ਨੂੰ ਨਿਰਵਿਘਨ ਆਟਾ ਦਾਲ ਸਕੀਮ ਦੇ ਤਹਿਤ ਮਿਲਣ ਵਾਲੀ ਕਣਕ ਨੂੰ ਮੁਹੱਈਆ ਕਰਵਾਇਆ ਜਾਵੇ ਤਾਂ ਜੋ 2 ਵਕਤ ਦੀ ਰੋਟੀ ਇਹਨਾਂ ਗਰੀਬਾਂ ਦੇ ਘਰਾਂ ਦੇ ਵਿੱਚ ਆਸਾਨੀ ਦੇ ਨਾਲ ਬਣ ਸਕੇ। ਬਾਈ ਜੀ, ਕਾਰਨ ਇਹ ਆ ਕਿ ਪਿਛਲੀ ਵਾਰ ਜੋ ਫ੍ਰੀ ਵਾਲੀ ਅਤੇ ਪੈਸੇ ਵਾਲੀ ਕਣਕ ਮਿਲੀ ਆ ਤਾਂ ਉਹਦੇ ਵਿੱਚ ਕਟੌਤੀ ਕੀਤੀ ਹੋਈ ਆ ਸੈਂਟਰ ਸਰਕਾਰ ਨੇ, ਅਤੇ ਉਹਦੇ ਕਾਰਨ ਬਹੁਤ ਘਰ ਹੈ ਜੇ ਆ ਜਿਹੜੇ ਮਜ਼ਦੂਰ ਵਰਗ ਦੇ ਸੀਗੇ ਤਾਂ ਉਹਨਾਂ ਨੂੰ ਨਾ ਕਣਕ ਮਿਲੀ ਨਹੀਂ ਗਈ, ਕਿਉਂਕਿ ਜਿਹੜੇ ਤਕੜੇ ਘਰ ਸੀ ਸਰਮਾਏਦਾਰ ਉਹਨਾਂ ਦੇ ਕਈਆਂ ਦੇ ਕਹਿੰਦੇ ਕਾਰਡ ਬਣੇ ਕਰਕੇ ਵੀ ਇਹਨਾਂ ਨੂੰ ਤਾਂ ਹੀ ਨਹੀਂ ਮਿਲ ਰਹੀ ਕਣਕ। ਪੱਖਵਾਦ ਜੀ, ਇਹ ਗੱਲ ਆ ਜਦੋਂ ਆਪਾਂ ਡਿਪੂ ਹੋਲਡਰਾਂ ਨੂੰ ਪੁੱਛਦੇ ਹਾਂ ਵੀ ਤੁਸੀਂ ਕਣਕ ਕਿਉਂ ਕੱਟੀ ਹੋਈ ਆ, ਉਹ ਵੀ ਕਿਉਂ ਨਹੀਂ ਮਿਲ ਰਹੀ, ਉਹ ਕਹਿ ਦਿੰਦੇ ਸੈਂਟਰ ਸਰਕਾਰ ਦਾ ਜਿਹੜਾ ਨਾ ਫ੍ਰੀ ਵਾਲੀ ਕਣਕ ਆ ਉਹਦੇ ਵਿੱਚ ਕਟੌਤੀ ਆਉਂਦੀ ਪਈ ਆ, ਵੀ ਐਤਕੀ ਕਹਿੰਦੇ 12% ਫਿਰ ਕਟੌਤੀ ਹੋਈ ਆ, ਅਤੇ ਹੁਣ ਕਹਿੰਦੇ ਸੈਂਟਰ ਸਰਕਾਰ ਵੱਲੋਂ ਇਹ ਕਹਿੰਦੇ ਜਿਹੜੇ ਲੈ ਗਏ ਬਸ ਉਹ ਲੈ ਗਏ, ਬਾਕੀ ਫਿਰ ਜਿਹੜੇ ਗਰੀਬ ਰਹਿ ਗਏ ਰਹਿ ਗਏ, ਇੱਕ ਭਲਾ ਪਰਚੀ ਕੱਟੀ ਆ ਭਲਾ ਨਹੀਂ ਕੱਟੀ ਆ। ਸਾਬਕਾ ਮੈਂਬਰ ਨਾਇਬ ਸਿੰਘ ਨੇ ਕਿਹਾ ਹੈ ਕਿ ਜਦੋਂ ਡਿਪੂ ਹੋਲਡਰਾਂ ਦੇ ਵੱਲੋਂ ਕਣਕ ਵੰਡੀ ਜਾਂਦੀ ਹੈ ਤਾਂ ਉਹਨਾਂ ਦੇ ਵੱਲੋਂ ਕਈ ਪਰਿਵਾਰਾਂ ਦੇ ਮੈਂਬਰਾਂ ਦੇ ਨਾਮ ਕੱਟ ਦਿੱਤੇ ਜਾਂਦੇ ਨੇ ਜੋ ਕਿ ਸਰਾਸਰ ਗਲਤ ਹੈ। ਉਹਨਾਂ ਕਿਹਾ ਹੈ ਕਿ ਇੱਕ ਵਾਰ ਨਾਮ ਕੱਟੇ ਜਾਂਦੇ ਨੇ ਅਤੇ ਦੂਸਰੀ ਵਾਰ ਉਹਨਾਂ ਦੀ ਕਣਕ ਆ ਜਾਂਦੀ ਹੈ, ਜਿਸ ਕਾਰਨ ਉਹਨਾਂ ਨੂੰ ਇਹ ਸਮਝ ਹੀ ਨਹੀਂ ਆ ਰਿਹਾ ਕਿ ਉਹਨਾਂ ਦੀ ਕਣਕ ਕਿੱਥੇ ਜਾ ਰਹੀ ਹੈ ਜਾਂ ਫਿਰ ਕਿੱਥੇ ਜਾ ਸਕਦੀ ਹੈ। ਉਹਨਾਂ ਕਿਹਾ ਹੈ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਜੋ ਕਾਰਡ ਗਲਤ ਬਣੇ ਹੋਏ ਨੇ ਉਹ ਵੀ ਕੱਟੇ ਜਾਣੇ ਚਾਹੀਦੇ ਨੇ ਤਾਂ ਜੋ ਲੋੜਵੰਦ ਅਤੇ ਜ਼ਰੂਰਤਮੰਦ ਲੋਕਾਂ ਦੇ ਪਰਿਵਾਰਾਂ ਨੂੰ ਆਪਣੇ ਹੱਥਾਂ ਦੇ ਵਿੱਚ ਇਸ ਅਨਾਜ ਨੂੰ ਲੈ ਕੇ ਖਾਣ ਦਾ ਮੌਕਾ ਮਿਲ ਸਕੇ। ਕਾਰਨ ਇੱਥੇ ਸਾਡੇ ਹੋਇਆ ਜਾਂਦਾ ਜੀ, ਇੱਕ ਤਾਂ ਕੁਛ ਗੜਬੜ ਸਾਡੇ ਜਿਵੇਂ ਲੋਕ ਆ ਕੁਛ ਰਹਿ ਜਾਂਦੇ ਆ ਕਣਕ ਲੈਣ ਤੋਂ, ਉਹਨਾਂ ਨੂੰ ਕੋਈ ਸਿਰਾ ਨਹੀਂ ਮਿਲ ਰਿਹਾ ਵੀ ਅਸੀਂ ਕਿਹੜੇ ਡਿਪੂ ਵਾਲਾ ਸਾਡੀ ਕੌਣ ਪਰਚੀ ਕੱਟੂ, ਸਾਨੂੰ ਕੌਣ ਕਣਕ ਦੇਊ। ਨਾ ਤਾਂ ਇਹ ਪਿਛਲੇ ਸਿੱਖਾ ਬਹੁਤ ਚਿਰ ਤੋਂ ਚੱਲ ਪੈਂਦੇ ਸੀਗੇ, ਪਿੱਛੋਂ ਅਸੀਂ ਇੰਸਪੈਕਟਰ ਸਾਹਿਬ ਨੂੰ ਬੇਨਤੀ ਕਰਦੇ ਹਾਂ ਵੀ ਸਾਨੂੰ ਜਿਹੜੇ ਡਿਪੂ ਹੋਲਡਰ ਆ ਉਹਨਾਂ ਨੂੰ ਲਿਸਟ ਬਣਾ ਕੇ ਘੱਲ ਦਿੰਦੇ ਆ ਵੀ ਸਾਡੇ ਫਲਾਣੇ ਦਾ ਨਾਂ ਨਹੀਂ ਕੱਟਿਆ, ਕਿਉਂ ਨਾਂ ਕੱਟਿਆ ਜਾਂਦਾ ਉਹਦੀ ਪੋਣ ਛਾਣ ਕਰਨ, ਜੇ ਉਹ ਬੰਦਾ ਜਿਉਂਦਾ ਜਾਗਦਾ ਬੈਠਾ ਤਾਂ ਉਹਦਾ ਕਿਉਂ ਨਾਂ ਕੱਟੀਦਾ। ਤਾਂ ਅੱਜ ਪਿੰਡ ਦੇ ਵਿੱਚ ਵੰਡੀ ਜਾ ਰਹੀ ਨੀਲੇ ਕਾਰਡਾਂ ਦੇ ਉੱਪਰ ਕਣਕ ਲੈਣ ਦੇ ਵਾਸਤੇ ਆਏ ਇੱਕ ਮਜ਼ਦੂਰ ਨੇ ਵੀ ਕਿਹਾ ਹੈ ਕਿ ਉਸਦੀ ਇਸ ਤੋਂ ਪਿਛਲੀ ਕਣਕ ਵੀ ਕੱਟੀ ਗਈ ਹੈ ਅਤੇ ਵਾਰ ਵਾਰ ਚੱਕਰ ਲਗਾਉਣ ਦੇ ਬਾਵਜੂਦ ਵੀ ਕਣਕ ਨਹੀਂ ਮਿਲੀ ਅਤੇ ਹੁਣ ਜਾ ਕੇ ਉਹਨਾਂ ਦਾ ਕਾਰਡ ਜਿਹੜਾ ਹੈਗਾ ਹੈ ਉਹ ਦਰਜ ਹੋਇਆ ਹੈ। ਉਹਨਾਂ ਕਿਹਾ ਹੈ ਕਿ ਪਿਛਲੇ 6 ਮਹੀਨਿਆਂ ਦੀ ਕਣਕ ਕਿੱਥੇ ਗਈ, ਇਹ ਸੋਚਣ ਵਾਲੀ ਗੱਲ ਹੈ। ਉਹਨਾਂ ਕਿਹਾ ਹੈ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਲੋੜਵੰਦ ਪਰਿਵਾਰਾਂ ਦੀ ਕਣਕ ਸਮੇਂ ਸਿਰ ਪੂਰੇ ਜੀਆਂ ਦੇ ਮੁਤਾਬਿਕ ਹੀ ਭੇਜੀ ਜਾਵੇ। ਮੇਰਾ ਮੁੰਡਾ ਢਿੱਲਾ ਸੀਗਾ, ਮੇਰਾ ਮੁੰਡਾ ਢਿੱਲਾ ਸੀਗਾ ਅਤੇ ਮੈਂ ਕਿਹਾ ਸੀਗਾ ਵੀ ਸੋਰੀ, ਮੁੜ ਕੇ ਬਾਅਦ 'ਚ ਉਹਨਾਂ ਕੋਲ ਗਿਆ ਮੈਂ, ਉਹ ਕਹਿੰਦੇ ਵੀ ਹੈ ਨਹੀਂ ਗੀ ਕਣਕ, ਪਰਚੀ ਨਹੀਂ ਕਟਾਈ। ਫਿਰ ਦੁਬਾਰੇ ਜਦੋਂ ਗਏ ਪਰਚੀ ਕਟਾਉਣ ਦੇ ਕੀ ਕਹਿੰਦੇ? ਉਹ ਕਹਿੰਦੇ ਕੋਟੇ 'ਚ ਹੈ ਹੀ ਨਹੀਂ ਜੀ। ਕੀ ਕਾਰਨ ਕੀ ਕਹਿੰਦੇ ਕੋਟੇ 'ਚ ਕਿਉਂ ਹੈ ਨਹੀਂ? ਪਤਾ ਨਹੀਂ ਗਾ ਜੀ, ਇੰਨੀ ਤਾਂ ਮੈਂ ਕੀਤੀ ਨਹੀਂ ਗੱਲਬਾਤ ਜੀ। ਅੱਜ ਪਰਚੀ ਕਟਾਈ ਹੈ? ਅੱਜ ਤਾਂ ਕਟਾਈ ਹੈ ਜੀ। ਪਹਿਲਾਂ ਵਾਲੀ ਕਣਕ ਜਿਹੜੀ ਤੁਹਾਡੀ ਮਿਲੀ ਨਹੀਂ? ਉਹ ਨਹੀਂ ਮਿਲੀ ਜੀ। ਉੱਧਰ ਜਦੋਂ ਦੂਸਰੇ ਪਾਸੇ ਫੂਡ ਐਂਡ ਸਪਲਾਈ ਵਿਭਾਗ ਦੇ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਹੈ ਕਿ ਜੋ ਕਾਰਡਾਂ ਦੇ ਵਿੱਚ ਮੈਂਬਰਾਂ ਦੇ ਨਾਮ ਕੱਟੇ ਜਾਣ ਦੀ ਗੱਲ ਕਹੀ ਗਈ ਹੈ, ਉਹਨਾਂ ਕਿਹਾ ਹੈ ਕਿ ਹੁਣ ਕੋਈ ਵੀ ਨਾਮ ਨਾ ਤਾਂ ਦੁਬਾਰਾ ਪਿਆ ਹੈ ਅਤੇ ਨਾ ਹੀ ਕੋਈ ਨਾਮ ਕੱਟਿਆ ਗਿਆ ਹੈ। ਜੋ ਕਣਕ ਘੱਟ ਆਈ ਹੈ ਉਹ ਇਸ ਵਾਰ 25% ਕੇਂਦਰ ਸਰਕਾਰ ਦੇ ਵੱਲੋਂ ਕਣਕ ਦੇ ਵਿੱਚ ਕਟੌਤੀ ਦੇ ਕਰਕੇ ਕੀਤੀ ਗਈ ਹੈ, ਜਿਸ ਕਾਰਨ ਕਈ ਪਰਿਵਾਰਾਂ ਨੂੰ ਕਣਕ ਨਹੀਂ ਮਿਲੀ। ਉਹਨਾਂ ਕਿਹਾ ਹੈ ਕਿ ਕਾਰਡ ਬਣਾਉਣ ਅਤੇ ਕਾਰਡ ਕੱਟਣ ਦੀ ਜ਼ਿੰਮੇਵਾਰੀ ਸਰਕਾਰ ਦੀ ਹੀ ਹੁੰਦੀ ਹੈ, ਉਸ ਵਿੱਚ ਸਾਡਾ ਕੋਈ ਵੀ ਰੋਲ ਨਹੀਂ ਹੁੰਦਾ। ਦੇਖੋ ਜੀ, ਜਿਹੜੀ ਤੁਸੀਂ ਫ੍ਰੀ ਵਾਲੀ ਕਣਕ ਦੀ ਜੇ ਗੱਲ ਕਰ ਰਹੇ ਹੋ ਜਿਹੜੀ ਹੁਣ ਵੰਡੀ ਜਾ ਰਹੀ ਹੈ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ,
ਉਹਦੇ ਉਹ ਕਣਕ 88 to 90% ਕਣਕ ਆਈ ਆ ਸੈਂਟਰ ਗਵਰਨਮੈਂਟ ਵੱਲੋਂ ਹੀ ਉਹਦੇ 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 'ਤੇ ਉੱਪਰੋਂ ਹੀ ਆਪਣਾ 10 to 11% ਦਾ ਕੱਟ ਲੱਗਿਆ ਹੋਇਆ। ਹਾਂ, ਜਿਹਦੀ ਜਿਹੜੇ ਬੈਨੀਫਿਸ਼ਰੀ ਦੀ ਈ ਪੋਸ ਮਸ਼ੀਨ 'ਤੇ ਟ੍ਰਾਂਜੈਕਸ਼ਨ ਹੋਈ ਆ ਉਹਨੂੰ ਕਣਕ ਜ਼ਰੂਰ ਮਿਲੂਗੀ ਜਾਂ ਮਿਲ ਚੁੱਕੀ ਆ। ਜਿੱਥੋਂ ਤੱਕ ਤੁਸੀਂ ਜੀ ਕੱਟਣ ਦੀ ਗੱਲ ਕੀਤੀ ਹੈ ਵੀ ਜੀ ਕੱਟੇ ਗਏ ਆ ਕਈ ਬੈਨੀਫਿਸ਼ਰੀਜ਼ ਦੇ, ਅੱਜ ਤੋਂ ਤਕਰੀਬਨ 2.5 to 3 years ਪਹਿਲਾਂ ਰੀਵੈਰੀਫਿਕੇਸ਼ਨ ਹੋਈ ਸੀਗੀ ਪਿੰਡਾਂ 'ਚ, ਫੋਰਮ ਭਰਾਏ ਗਏ ਸੀਗੇ। ਉਸ ਰੀਵੈਰੀਫਿਕੇਸ਼ਨ ਦੇ ਹਿਸਾਬ ਨਾਲ ਜਿਵੇਂ ਜਿਵੇਂ ਫੋਰਮ ਸਾਡੇ ਕੋਲ ਆ ਗਏ ਉਵੇਂ ਉਵੇਂ ਕਾਰਡ ਅਪਡੇਟ ਹੋ ਗਏ ਆ। ਸਰ, ਪਿੰਡ ਵਾਲਿਆਂ ਦਾ ਇਹ ਵੀ ਆਰੋਪ ਹੈ ਵੀ ਜਿਹੜੇ ਜਿਨ੍ਹਾਂ ਨੂੰ ਲੋੜ ਹੈ ਰਾਸ਼ਨ ਦੀ ਉਹਨਾਂ ਦੇ ਕਾਰਡ ਨਹੀਂ ਬਣ ਰਹੇ, ਔਰ ਜਿਨ੍ਹਾਂ ਨੂੰ ਨਹੀਂ ਲੋੜ ਸਰਮਾਏਦਾਰਾਂ ਦੇ ਜਿਹੜੇ ਕਾਰਡ ਬਣਾ ਕੇ ਉਹਨਾਂ ਰਾਸ਼ਨ ਦਿੱਤਾ ਜਾ ਰਿਹਾ। ਇਸ ਮੈਂ ਤੁਹਾਨੂੰ ਇਹੀ ਕਹਿਣਾ ਚਾਹਾਂਗਾ ਕਿ ਜਿਹੜੇ ਕਾਰਡ ਬਣਾਉਣ 'ਚ ਸਾਡਾ ਕੋਈ ਰੋਲ ਨਹੀਂ ਹੈਗਾ, ਜਿਹੜੇ ਕਾਰਡ ਆਲਰੇਡੀ ਬਣੇ ਹੋਏ ਆ ਉਹਦੇ 'ਤੇ ਰਾਸ਼ਨ ਵੰਡਣਾ ਜਾਂ ਵਡਾਉਣ 'ਚ ਸਾਡਾ ਰੋਲ ਹੈਗਾ, ਕਾਰਡ ਬਣਾਉਣ 'ਚ ਸਾਡਾ ਕੋਈ ਰੋਲ ਨਹੀਂ। ਤਾਂ ਤੁਸੀਂ ਜਨਤਾ ਜਨਾਰਦਨ ਇਸ ਸਾਰੀ ਦੀ ਸਾਰੀ ਗੱਲਬਾਤ ਦੇ ਬਾਰੇ ਵਿੱਚ ਕੀ ਸੋਚਦੇ ਹੋ, ਇਸ ਦੇ ਬਾਰੇ 'ਚ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਏ ਸਾਂਝੀ ਕਰਨਾ ਬਿਲਕੁਲ ਵੀ ਨਾ ਭੁੱਲਣਾ। ਅਤੇ ਇਸ ਦੇ ਨਾਲ ਹੀ ਇਮਤਿਆਜ਼ ਬਰਾ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।